26 ਤਰੀਕ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨੀ ਸਮਾਗਮ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ। ਉਸ ਤੋਂ 3-4 ਦਿਨਾਂ ਬਾਅਦ ਇਮੀਡੀਏਟਲੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਲੈਟ ਅਸ ਹੈਵ ਅ ਜੁਆਇੰਟ ਮੀਟਿੰਗ ਔਨ ਦੀ ਬਾਰਡਰ ਵੇਅਰ ਦਾ ਰੋਡ ਹੈਜ਼ ਟੂ ਬੀ ਕੰਸਟਰਕਟਡ ਔਨ ਦੀ ਕਰਤਾਰਪੁਰ ਫੋਰ ਦਾ ਕਰਤਾਰਪੁਰ ਕੋਰੀਡੋਰ। ਗਵਰਨਮੈਂਟ ਆਫ ਇੰਡੀਆ ਦੇ ਆਫਿਸ਼ੀਅਲਸ, ਹੋਮ ਮਿਨਿਸਟਰੀ ਦੇ ਆਫਿਸ਼ੀਅਲਸ ਅਤੇ ਵੱਖ ਵੱਖ ਹੋਰ ਮਹਿਕਮਿਆਂ ਦੇ ਆਫਿਸ਼ੀਅਲਸ ਅਲੋਂਗ ਵਿਦ ਦੀ ਸਟੇਟ ਗਵਰਨਮੈਂਟ ਆਫਿਸ਼ੀਅਲਸ, ਦੇ ਆਲ ਵੈਂਟ ਟੂ ਦਾ ਸਾਈਟ ਐਂਡ ਕੰਡਕਟਡ ਅ ਮੀਟਿੰਗ ਕਿ ਕੋਰੀਡੋਰ ਕਿੰਨਾ ਬਣਨਾ, ਕਿੰਨਾ ਚੌੜਾ ਬਣਨਾ, ਕੀ ਅਲਾਈਨਮੈਂਟ ਹੋਊਗੀ। ਸੋ ਦੇਰ ਵਰ ਫੋਰ ਆਪਸ਼ਨਸ ਵਿਚ ਵਰ ਵਰਕਡ ਆਊਟ ਟੂ ਟੈਲ ਦਾ ਗਵਰਨਮੈਂਟ ਆਫ ਇੰਡੀਆ, ਬਿਕੋਜ਼ ਇਹ ਪਾਕਿਸਤਾਨ ਹੈ ਅਤੇ ਪਾਕਿਸਤਾਨ ਇਕੱਲਾ MEA ਦੇ ਥੱਲੇ ਨਹੀਂ ਆਉਂਦਾ, ਪਾਕਿਸਤਾਨ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਥੱਲੇ ਵੀ ਆਉਂਦਾ, ਅਤੇ ਇਹਦੇ 'ਚ ਇਕੱਲਾ ਹੋਮ ਅਫੇਅਰਸ ਇਨਵੋਲਵ ਨਹੀਂ ਹੈ, ਇਹਦੇ 'ਚ BSF ਅਤੇ ਆਰਮੀ ਵੀ ਇਨਵੋਲਵ ਹੈ, ਬਿਕੋਜ਼ ਬਾਰਡਰ ਦੀ ਗੱਲ ਹੈ। ਸੋ ਸਾਰੀਆਂ ਏਜੰਸੀਆਂ ਤੋਂ ਕਲੈਰੀਫਿਕੇਸ਼ਨ ਲੈਣ ਵਾਸਤੇ ਪਹਿਲਾਂ ਇੱਕ ਮੀਟਿੰਗ, ਜੁਆਇੰਟ ਮੀਟਿੰਗ ਗਰਾਊਂਡ ਦੇ ਉੱਪਰ ਹੋਈ, ਅਸੀਂ ਅਲਾਈਨਮੈਂਟ ਬਣਾਈ, ਆਪਸ਼ਨਸ ਬਣਾਈਆਂ ਵਿਦ ਦੀ ਕੰਸੈਂਟ ਆਫ ਦੀ ਗਵਰਨਮੈਂਟ ਆਫ ਇੰਡੀਆ ਆਫਿਸ਼ੀਅਲਸ ਔਨ ਸਾਈਟ, ਐਂਡ ਆਫਟਰ ਦੈਟ ਦੀ ਪ੍ਰਪੋਜ਼ਲ ਵਾਸ ਸੈਂਟ ਬਾਏ ਦੀ ਆਨਰੇਬਲ ਚੀਫ ਮਿਨਿਸਟਰ ਟੂ ਦੀ ਗਵਰਨਮੈਂਟ ਆਫ ਇੰਡੀਆ ਫੋਰ ਅਪਰੂਵਲ। ਸਬਸੀਕੁਐਂਟਲੀ ਜਿਹੜੇ ਮਿਨਟਸ ਆਫ ਦੀ ਮੀਟਿੰਗ ਸੀਗੇ ਉਹ ਸਾਈਡ ਬਾਏ ਸਾਈਡ CM ਸਾਹਿਬ ਨੇ ਹੋਮ ਸੈਕਟਰੀ ਸਾਹਿਬ ਦੇ ਰਾਹੀਂ ਦੁਬਾਰਾ ਪਰਸਨਲ ਲੈਵਲ ਦੇ ਉੱਪਰ ਫੋਲੋ ਅਪ ਦੇ ਉੱਪਰ ਵੀ ਭੇਜਤੇ। ਹਾਲੇ ਫਾਈਨਲ ਕਲੀਅਰੈਂਸ ਫਰੋਮ ਗਵਰਨਮੈਂਟ ਆਫ ਇੰਡੀਆ ਮਨਜ਼ੂਰੀ ਦੀ ਆਈ ਨਹੀਂ ਹੈ। ਆਈ ਕੈਨ ਆਲਸੋ ਅੰਡਰਸਟੈਂਡ ਦੇਰ ਮੇ ਬੀ ਅ ਡਿਲੇ ਬਿਕੋਜ਼ ਦੇਰ ਆਰ ਸੋ ਮੈਨੀ ਡਿਪਾਰਟਮੈਂਟਸ ਇਨਵੋਲਵਡ। ਲੈਟ ਅਸ ਨਾਟ ਗਿਵ ਇਟ ਅ ਪੋਲੀਟੀਕਲ ਕਲਰ, ਆਈ ਐਮ ਨਾਟ ਟਾਕਿੰਗ ਇਨ ਟੂ ਅ ਪੋਲੀਟੀਕਲ ਕਲਰ ਬਿਕੋਜ਼ ਯੂ ਹੈਵ ਆ ਰੇਜ਼ ਦਿਸ ਕੁਐਸਚਨ ਐਂਡ ਇਟ ਇਜ਼ ਰਿਲੇਟਡ ਟੂ ਮਾਈ ਡਿਪਾਰਟਮੈਂਟ, ਸੋ ਆਈ ਐਮ ਸੋ ਦੈਟਸ ਵਾਈ ਆਈ ਐਮ ਟਰਾਈਂਗ ਟੂ ਕਲੈਰੀਫਾਈ।